स्वागत है बीनिंग पंजाब देख रहे तमाम दर्शकों का। मैं इमरान खान लैके हाजिर हाँ कुछ अहम सियासी खबर। अज असी गलबात करांगे उस मुद्दे की जो मुद्दे ने पूरे पंजाब दे विच दहशत का माहौल बना दिता। लुधियाना बंब ब्लास्ट मामले के उत्ते चर्चा करांगे। मुलजम की पहचान हो चुकी है, जिस व्यक्ति की मौत हुई सी वह कित्थों का रहने वाला सी, आखिर उसकी मंशा की सी, किस परिवार नाल तालुकात ने, सारी खुल के चर्चा करांगे। पहचान हो चुकी है शक्की व्यक्ति की। नाल ही गलबात करांगे कांग्रेस दे विच टिकटां नूं लै के पए कलेश दी। एक परिवार एक टिकट का ऐलान तां कर दिता, इस तों बाद कुछ विधायकां ने फार्म ही नहीं भरे। कौन ने उह विधायक जिन्हां ने फार्म नहीं भरे, किन्ने विधायक ने जिन्हां दे वल्लों फार्म नहीं भरे गए, क्योंकि 20 तरीक का समां दिता गया सी। नाल ही गलबात करांगे किसानां दी, किसान किस पार्टी का समर्थन करनगे, किसान किस पार्टी दे नाल गठजोड़ करन जा रहे ने, वड्डे खुलासे हुए ने, अज यह सारा कुछ साफ हो जाएगा। असं इस प्रोग्राम दे विच तुहानू विस्तार दे नाल दसांगे। ते पूरे प्रोग्राम दे विच चर्चा करन दे लई मेरे नाल मौजूद ने डॉक्टर भीमेंद्र सिंह। सब तो पहला स्वागत करदे आं डॉक्टर साहब, स्वागत है प्रोग्राम च। बहुत बहुत शुक्रिया, मेहरबानी, धन्यवाद खान साहब। डॉक्टर साहब, लुधियाना बंब ब्लास्ट मामले तो बाद पूरे पंजाब दे विच दहशत का माहौल है, सिक्योरिटी बढ़ा दी गई है, चप्पे चप्पे दे उत्ते पुलिस की पैनी नजर रखी गई है, पर वड्डी खबर यह है कि इसके ਵਿੱਚ ਜੋ ਸ਼ੱਕੀ ਵਿਅਕਤੀ ਦੀ ਮੌਤ ਹੋਈ ਸੀ ਉਸ ਦੀ ਪਹਿਚਾਣ ਹੋ ਚੁੱਕੀ ਹੈ। ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਰਿਹਾ ਹੈ ਉਹ ਮੁਲਜ਼ਮ, ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਖੰਨੇ ਦਾ ਰਹਿਣ ਵਾਲਾ ਹੈ ਉਹ, ਜਿਸ ਦੇ ਵੱਲੋਂ ਇਸ ਘਟਨਾ ਨੂੰ ਪੂਰੀ ਨੂੰ ਅੰਜਾਮ ਦਿੱਤਾ ਗਿਆ ਸੀਗਾ। ਕੀ ਕਹੋਗੇ ਜੀ ਖਾਨ ਸਾਹਿਬ? ਦੇਖੋ, ਇਹ ਇੱਕ ਵੱਡੀ ਗੱਲ ਹੈ ਕਿ ਬਹੁਤ ਛੇਤੀ ਜਿਹੜੀਆਂ ਵੱਖ ਵੱਖ ਏਜੰਸੀਆਂ ਨੇ ਜੋ ਤਹਿਕੀਕਾਤ ਕੀਤੀ ਹੈ ਉਹਦੇ ਵਿੱਚ ਇਹ ਚੀਜ਼ਾਂ ਸਾਹਮਣੇ ਆਈਆਂ ਨੇ, ਔਰ ਖਾਸ ਤੌਰ ਤੇ ਜਿਹੜਾ ਮੇਨ ਮੁਜਰਮ ਹੈ ਉਹਨੂੰ ਫੜ ਲਿਆ, ਉਹਨੂੰ ਜਿਹੜਾ ਹੈਗਾ ਉਹਨੂੰ ਸ਼ਨਾਖਤ ਉਹਦੀ ਹੋ ਚੁੱਕੀ ਹੈ। ਔਰ ਜਿਵੇਂ ਆਪਾਂ ਨੂੰ ਪਤਾ ਹੈ ਕਿ ਬਾਕੀ ਕੱਲ੍ਹ ਪੁਲਿਸ ਵੱਲੋਂ ਉਹਨਾਂ ਦੇ ਭਰਾ ਨੂੰ ਵੀ ਫੜ ਲਿਆ ਗਿਆ ਸੀਗਾ, ਔਰ ਉਹਨਾਂ ਤੋਂ ਵੀ ਪੁੱਛਗਿੱਛ ਜਾਰੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਛੇਤੀ ਜਿਹੜੀਆਂ ਵੱਖ ਵੱਖ ਏਜੰਸੀਆਂ ਨੇ ਇਹਦੇ ਉੱਤੇ ਕਾਰਵਾਈ ਕੀਤੀ ਹੈ, ਚਾਹੇ ਉਹ ਨੈਸ਼ਨਲ ਪੱਧਰ ਦੀਆਂ ਏਜੰਸੀਆਂ ਨੇ, ਚਾਹੇ ਪੰਜਾਬ ਪੁਲਿਸ ਨੂੰ ਲੈ ਕੇ ਆਪਾਂ ਕਹਿ ਸਕਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਹੈਗੀ ਕਾਰਵਾਈ ਇਸ ਕੰਮ ਦੇ ਵਿੱਚ ਹੋਈ ਹੈ। ਸੋ ਹੁਣ ਦੂਜੇ ਪਾਸੇ ਜਦੋਂ ਇਹਦਾ ਦੂਜਾ ਪਾਸਾ ਦੇਖਦੇ ਹਾਂ ਤਾਂ ਆਪਾਂ ਦੇਖਦੇ ਹਾਂ ਕਿ ਇਹ ਘਟਨਾ ਵਾਪਰੀ ਕਿਉਂ, ਤਾਂ ਇਹਦੇ 'ਚ ਸਾਨੂੰ ਇਹੀ ਪਤਾ ਲੱਗਦਾ ਹੈ ਕਿ ਜਿਹੜੀਆਂ ਵੱਖ ਵੱਖ ਸਿਆਸੀ ਪਾਰਟੀਆਂ ਨੇ ਜਾਂ ਜਿਹੜੇ ਪਿੱਛੇ ਤਾਕਤਾਂ ਨੇ, ਜਾਂ ਚਾਹੇ ਪੰਜਾਬ ਨੂੰ ਲੈ ਕੇ ਹੋਣ, ਚਾਹੇ ਨੈਸ਼ਨਲ ਲੈਵਲ ਦੀਆਂ, ਚਾਹੇ ਅੰਤਰਰਾਸ਼ਟਰੀ ਤਾਕਤਾਂ ਹੋਣ, ਉਹਨਾਂ ਦਾ ਕਿਤੇ ਨਾ ਕਿਤੇ ਹੱਥ ਜ਼ਰੂਰ ਇਹਦੇ ਵਿੱਚ ਜਾਪਦਾ ਹੈ, ਜਿਵੇਂ ਤਹਿਕੀਕਾਤ ਅੱਗੇ ਚੱਲ ਰਹੀ ਹੈ। ਸੋ ਉੱਥੋਂ ਪਤਾ ਲੱਗ ਰਿਹਾ ਕਿ ਵੱਖ ਵੱਖ ਏਜੰਸੀਆਂ ਵੱਲੋਂ ਇਹ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਕਰਵਾਈਆਂ ਜਾਂਦੀਆਂ ਨੇ, ਔਰ ਪੰਜਾਬ ਦੇ ਉੱਤੇ ਇਸ ਵੇਲੇ ਵੱਡੇ ਖਤਰੇ ਮੰਡਰਾ ਰਹੇ ਨੇ, ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਨੇ, ਔਰ ਪੰਜਾਬ ਇੱਕ ਜਿਹੜਾ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜਾ ਹੈਗਾ ਬਾਰਡਰ ਸਟੇਟ ਹੋਣ ਕਰਕੇ ਇੱਥੇ ਲਗਾਤਾਰ ਕੋਈ ਨਾ ਕੋਈ ਜਿਹੜਾ ਹੈਗਾ ਇਸ ਤਰ੍ਹਾਂ ਦੇ ਪ੍ਰੈਸ਼ਰ ਬਣੇ ਰਹਿੰਦੇ ਨੇ। ਕਦੇ ਆਪਾਂ ਦੇਖਿਆ ਕਿ ਟਿਫਨ ਬੰਬ ਆਉਂਦਾ ਹੈ, ਕਦੇ ਡਰੋਨ ਆਉਂਦੇ ਨੇ, ਕਦੇ ਨਸ਼ਾ ਜਿਹੜਾ ਹੈਗਾ ਲਗਾਤਾਰ ਇੱਥੇ ਫੜਿਆ ਜਾਂਦਾ ਹੈ। ਔਰ ਇਹੀ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਤੰਦ ਇਹਨਾਂ ਇਦਾਂ ਦੀਆਂ ਘਟਨਾਵਾਂ ਦੇ ਇਹਦੇ ਪਿੱਛੇ ਜੁੜੇ ਹੋਏ ਨਜ਼ਰ ਆ ਰਹੇ ਨੇ। ਸੋ ਕਿਉਂਕਿ ਹੁਣ ਵੱਖ ਵੱਖ ਪਾਰਟੀਆਂ ਲੋਕਾਂ ਨੂੰ ਏਜੰਡੇ ਤੋਂ ਭਟਾ ਇੱਧਰ ਉੱਧਰ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਇੱਕ ਵੱਡਾ ਮੁੱਦਾ ਜਿਹੜਾ ਹੈਗਾ ਭਖਦਾ ਨਜ਼ਰ ਆਇਆ ਸੀਗਾ, ਔਰ ਉਹਦੇ ਵਿੱਚ ਮਜੀਠੀਆ ਸਾਹਿਬ ਨੂੰ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੇ ਉੱਤੇ FIR ਦਰਜ ਹੋਈ ਹੈ, ਔਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀਆਂ ਪੂਰੀਆਂ ਸੰਭਾਵਨਾਵਾਂ ਕਿਸੇ ਵੇਲੇ ਨਜ਼ਰ ਆ ਰਹੀਆਂ ਸੀਗੀਆਂ। ਪਰ ਸਾਰੇ ਦਾ ਸਾਰਾ ਫੋਕਸ ਇਸ ਵੇਲੇ ਰਾਜਨੀਤੀ ਦਾ ਕਿੱਧਰ ਹੋ ਰਿਹਾ ਕਿ ਬੰਬਾਂ ਨੂੰ ਲੈ ਕੇ ਜਾਂ ਬੇਅਦਬੀਆਂ ਨੂੰ ਲੈ ਕੇ ਜਿਹੜਾ ਹੈਗਾ ਲੋਕਾਂ ਦਾ ਧਿਆਨ ਇੱਧਰ ਉੱਧਰ ਕਰਨ ਦੀ ਜ਼ਰੂਰ ਵੱਖ ਵੱਖ ਪਾਰਟੀਆਂ ਕੋਸ਼ਿਸ਼ ਕਰ ਰਹੀਆਂ ਨੇ, ਚਾਹੇ ਉਹ ਕਾਂਗਰਸ ਪਾਰਟੀ ਹੋਵੇ, ਚਾਹੇ ਅਕਾਲੀ ਦਲ ਹੋਵੇ, ਚਾਹੇ BJP ਹੋਵੇ, ਯਾਨੀ ਕਿ ਪੰਜਾਬ ਦੇ ਜਿਹੜੇ ਬੁਨਿਆਦੀ ਮੁੱਦੇ ਨੇ ਉਹਨਾਂ ਤੋਂ ਫੋਕਸ ਇੱਧਰ ਉੱਧਰ ਕਰਨ ਦੀ ਪੰਜਾਬ ਦੇ ਲੋਕਾਂ ਦੀ ਜ਼ਰੂਰ ਕੋਸ਼ਿਸ਼ ਹੋਈ ਹੈ ਔਰ ਕਾਮਯਾਬ ਕੋਸ਼ਿਸ਼ ਹੈ। ਔਰ ਜਿਹੜੀਆਂ ਵੀ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਤਾਕਤਾਂ ਇਹਦੇ ਪਿੱਛੇ ਨੇ ਉਹ ਪੂਰੀਆਂ ਕਾਮਯਾਬ ਹੋਈਆਂ ਨੇ ਕਿ ਲੋਕਾਂ ਦਾ ਧਿਆਨ ਹੁਣ ਸਿਰਫ ਤੇ ਸਿਰਫ ਇਦਾਂ ਦੀਆਂ ਘਟਨਾਵਾਂ ਵੱਲ ਲਗਾ ਦਿੱਤਾ ਗਿਆ ਹੈ, ਔਰ ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਸਮੱਸਿਆਵਾਂ ਨੇ, ਐਜੂਕੇਸ਼ਨ ਹੈ, ਹੈਲਥ ਹੈ, ਚਾਹੇ ਉਹ ਵਾਤਾਵਰਨ ਹੈ, ਚਾਹੇ ਕਿਸਾਨੀ ਦੇ ਮਸਲੇ ਨੇ, ਚਾਹੇ ਨੌਜਵਾਨਾਂ ਦੇ ਮਸਲੇ ਨੇ, ਇਹਨਾਂ ਤੋਂ ਭਟਕਾ ਕੇ ਸਾਰਾ ਮੀਡੀਆ ਦਾ ਫੋਕਸ, ਚਾਹੇ ਉਹ ਸੋਸ਼ਲ ਮੀਡੀਆ ਹੈ, ਚਾਹੇ ਉਹ ਇਲੈਕਟ੍ਰੋਨਿਕ ਮੀਡੀਆ ਹੈ, ਚਾਹੇ ਉਹ ਪ੍ਰਿੰਟ ਮੀਡੀਆ ਹੈ, ਉਹ ਸਾਰੇ ਮੀਡੀਆ ਦਾ ਫੋਕਸ ਜਿਹੜਾ ਹੈਗਾ ਇੱਕ ਖਾਸ ਤਰ੍ਹਾਂ ਦੀਆਂ ਘਟਨਾਵਾਂ ਦੇ ਉੱਤੇ ਕੇਂਦਰਿਤ ਹੋ ਗਿਆ ਹੈ। ਸੋ ਇਹਦੇ ਨਾਲ ਉਹ ਕਾਮਯਾਬ ਹੋਈਆਂ ਨੇ
और ये लोगों की हार हुई है, इन्हां एजेंसियों की जित हुई है, इन्हां पार्टियां की जित हुई है। आपां कह सकते हैं कि जदों दी राजनीति दे उत्ते आपां एनालिसिस करांगे तां इहदे विच इही पता लग रहा कि सारी चीज़ां जिहड़ियां ने जदों चोणां तों पहलां हुंदियां ने घटनावां, इह राजनीति तों प्रेरित हुंदियां ने। इहदे पिछे जिहड़ियां राजनीतिक शक्तियां हुंदियां ने, चाहे उह नैशनल लैवल दियां होण, चाहे उह पंजाब लैवल दियां होण, किते ना किते उह सिद्धे जां असिद्धे तौर ते जरूर इनवॉल्व हुंदियां ने। सो इहदा पता होना चाहीदा, पंजाब दे लोकां नूं कॉन्शियस होना चाहिए, चेतन होना चाहिए, आपसी भाईचारा तोड़न की बजाय इन्हां जिहड़ियां राजनीतिक पार्टियां नूं घेरन की लोड़ है कि तुसीं साडे एजेंडियां की गल करो। और कांग्रेस नूं तां यही पुछण की लोड़ है कि जिहड़ा 5 साल तुसीं अपना राज कीता है, वह वादे वड्डे वड्डे तुसीं कीते सीगे, वह वादे भुल के तुसीं इदां दे मतलब मसलियां दे विच उलझाउण की कोशिश कर रही है कांग्रेस। तो इसे तरह अकाली दल, आपां नूं भी पता है कि अकाली दल दे उत्ते वड्डे सवाल जिहड़े सीगे किसी वेले चुके जा रहे सीगे। सो कहण दा मतलब है कि इह जिहड़ियां पार्टियां ने, सियासी पार्टियां भंबल भूसियां दे विच पा के चोणां दे वेले लोकां नूं आपस दे विच लड़ा के, लोकां नूं जिहड़ियां बेलोड़ियां इस तरह दियां घटनावां करके उहनां दा ध्यान जरूर भटकाउण दी कोशिश है। और इहदे विच वोटां नूं जिहड़ा हैगा फोकस रख्या जांदा है कि किहड़ी पार्टी किदां दा वोट लैणा चाहुंदी है, किहड़े भाईचारे नूं तोड़ना चाहुंदी है, किहड़े नूं निराश करना चाहुंदी है, किहड़े नूं खुश करना चाहुंदी है। सो इस तों सारा जिहड़ा हैगा एनालिसिस कीते जांदे ने। सो उसे तरह दा माहौल क्रिएट कीता जांदा है वख-वख एजेंसियां दे राहीं। सो इस वेले क्योंकि पंजाब मेन बहुत वड्डा जिहड़ा हैगा एक मायने रखता है पूरे हिंदुस्तान दे लई, क्योंकि आपां पहलां दस्सिया है कि एक जिहड़ा हैगा बॉर्डर एरिया होण करके ये जिहड़ा हैगा बहुत महत्वपूर्ण स्टेट है। सो इस करके इत्थे चोणां होणियां, इत्थे किहदी सरकार आएगी, ये बहुत मायने रखता है। सो कहण दा मतलब है कि पंजाब दे लोकां दी सियासी चेतना नूं खुंडा करन दी कोशिश इन इदां दीआं घटनावां दे राहीं हो रही है, और पहलां भी हुंदी रही है, 17 दे विच भी होई है, और हुण 22 दीआं चोणां दे मद्देनज़र भी उही गल्लां जिहड़ियां ने रिपीट हो रहियां ने। खान साहब जी बिल्कुल, डॉक्टर साहब बिल्कुल तुसी सही कहा कि चोणां नजदीक ने, इस करके लोगों का ध्यान हटाने की जगह, लोगों का ध्यान इस पासे लियाने की जगह अजिही राजनीति भी होंगी आ। ते वड्डे सवाल लोग तो चुक रहे ने, पर अपनी ही पार्टी के कुछ आगू भी चुकते हुए नजर आए हैं। सुनील जाखड़ की गल कर रहे हैं, डॉक्टर साहब सुनील जाखड़ के वलों कांग्रेस पार्टी के उत्ते वड्डे सवाल चुके गए हैं। उन्होंने वालों यह कहा गया कि लोगों का विश्वास बनाना सरकार की ही जिम्मेवारी होंगी है। जिवें यह ब्लास्ट होया पहला वक्-वक् लोग चक रहे थे, सियासतदान विरोधी चकते हैं समझ आता, होर पार्टी चकती है समझ आता, पर जो अपनी ही पार्टी के लोग पार्टी के उत्ते सवाल चुकन लग जाण तां वड्डे सवाल बन जाते हैं। जी बिल्कुल, जदों असी जाखड़ साहब के बयानों नूं देखते हैं, चाहे लेटेस्ट बयान देख लो, चाहे इस तो पहला दे बयान देख लो, और जाखड़ साहब लगातार जिहड़े ने अपनी पार्टी के उत्ते सवाल चुकते नजर आए ने। इस तो पहला भी उन्होंने वक्-वक् लीडरां दे उत्ते, खास तौर पर नवजोत सिंह सिद्धू के उत्ते भी कई बार सवाल चुके ने, और इस तरह हुण उह अपनी पार्टी के उत्ते जिहड़े ने इस तरह के जिहड़े ने सवाल चुकते नजर आ रहे ने। तो उत्थों यही लगता है कि किते ना किते जाखड़ साहब ये चाहते ने कि जिहड़ी पार्टी कांग्रेस पार्टी है इस वेले लोगों के विश्वास जिहड़ा पैदा होना चाहिए सीगा 5 साल के बाद, वह विश्वास जिहड़ी हैगी कांग्रेस पैदा नहीं कर सकी। सो उस विश्वास नूं दोबारा खड़े करन दी लोड़ है, विश्वास नूं पैदा करन दी लोड़ है। सो विश्वास जिन्नी देर पैदा नहीं होएगा उन्नी देर वोटां जिहड़ियां ने कांग्रेस नूं नहीं पैणगियां, क्योंकि 17 दे विच किसे ना किते विश्वास कीता सीगा। 17 दी जदों असीं गल करदे हां तां किते ना किते लोकां नूं कांग्रेस दे उत्ते विश्वास सीगा, और उहदा वड्डा कारण इह सीगा कि लोक इह चाहुंदे सीगे कि कैप्टन साहब जिवें उहनां ने 2002 और 7 दी पारी खेडी सीगी, उस तरह की पारी वह दोबारा भी खेड सकते हैं, 17 दे विच भी उस तरह की पारी खेडी जा सकती है। और यही कारण है कि लोगों ने कांग्रेस के उत्ते विश्वास किया, कैप्टन साहब के उत्ते विश्वास किया, और कैप्टन साहब के वादियों के उत्ते खास तौर पर जो असं उन्होंने वादियों की गल करते हैं, कांग्रेस के वादियों की गल करते हैं, प्रशांत किशोर ने बकायदा तौर पर वो जोड़े से वे वे वादे करवाए, चाहे वो श्री गुटका साहब हाथ में हाथ में फड़ के नशिया 4 हफ्तों के खत्म करने की गल की गई हो, चाहे किसानों का संपूर्ण कर्जा माफी की गल की गई हो, चाहे घर घर नौकरी की गल की हो गई हो, चाहे जी कुरकी हो रही थी उस वे उस खत्म करने की जी किसानों की
ਜ਼ਮੀਨਾਂ ਦੀ ਕੁਰਕੀ ਹੋ ਰਹੀ ਸੀ ਉਹਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਹੋਵੇ। ਯਾਨੀ ਕਿ ਕਹਿਣ ਦਾ ਮਤਲਬ ਹੈ ਕਿ ਬਹੁਤ ਵੱਡੇ ਵੱਡੇ ਵਾਅਦੇ ਕਿਸੇ ਵੇਲੇ ਪ੍ਰਸ਼ਾਂਤ ਕਿਸ਼ੋਰ ਜੀ ਨੇ ਜਿਹੜੇ ਇਹ ਕਾਂਗਰਸ ਤੋਂ ਕਰਵਾਏ ਸੀਗੇ ਔਰ ਕਾਂਗਰਸ ਦਾ ਵਿਸ਼ਵਾਸ ਬਣਿਆ ਸੀਗਾ, ਪਰ ਇਹਨਾਂ 4-5 ਸਾਲਾਂ ਦੇ ਵਿੱਚ ਆਪਾਂ ਨੇ ਲਗਾਤਾਰ ਦੇਖਿਆ ਹੈ ਕਿ ਲੋਕਾਂ ਦਾ, ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਿਤੇ ਨਾ ਕਿਤੇ ਟੁੱਟਦਾ ਨਜ਼ਰ ਆਇਆ ਕਾਂਗਰਸ ਤੋਂ। ਔਰ ਉਹਦਾ ਵੱਡਾ ਕਾਰਨ ਇਹੀ ਸੀਗਾ ਕਿ ਕੈਪਟਨ ਸਾਹਿਬ ਲਗਾਤਾਰ 4.5 ਸਾਲ ਆਪਣੇ ਫਾਰਮ ਹਾਊਸ ਦੇ ਵਿੱਚ ਬੜੇ ਰਹੇ, ਉਹ ਪੰਜਾਬ ਦੇ ਲੋਕਾਂ ਦੇ ਵਿੱਚ ਨਹੀਂ ਆਏ ਔਰ ਨਤੀਜਾ ਕੀ ਨਿਕਲਿਆ? ਨਤੀਜਾ ਇਹੀ ਨਿਕਲਿਆ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੀ ਹੈਗੀ ਹੈ ਕਾਂਗਰਸ ਦੇ ਪ੍ਰਤੀ ਲੋਕਾਂ ਦੇ ਵਿੱਚ ਅਵਿਸ਼ਵਾਸ ਪੈਦਾ ਹੋਇਆ ਔਰ ਲੋਕਾਂ ਦੇ ਵਿੱਚ ਇੱਕ ਖਾਸ ਤੌਰ ਦੀ ਉਦਾਸੀ ਛਾਈ, ਨਿਰਾਸ਼ਾ ਛਾਈ, ਲੋਕ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਨ ਲੱਗੇ ਔਰ ਜਿਹਦਾ ਨਤੀਜਾ ਆਪਾਂ ਸਾਰੇ ਜਾਣਦੇ ਹਾਂ ਕਿ ਕੈਪਟਨ ਸਾਹਿਬ ਨੂੰ ਆਪਣੀ ਕੁਰਸੀ ਤੋਂ ਹੱਥ ਧੋਣੇ ਪਏ ਸੀਗੇ। ਸੋ ਲਗਾਤਾਰ ਜਦੋਂ ਚੰਨੀ ਸਾਹਿਬ ਵੀ ਬਣੇ ਨੇ ਉਸ ਤੋਂ ਬਾਅਦ ਵੀ ਕੋਈ ਬਹੁਤੀ ਪੰਜਾਬ ਦੇ ਲੋਕਾਂ ਨੂੰ ਦਾ ਭਰੋਸਾ ਕਾਂਗਰਸ ਦੇ ਉੱਤੇ ਦਿਖਾਈ ਨਹੀਂ ਦੇ ਰਿਹਾ। ਸੋ ਇਸੇ ਗੱਲ ਨੂੰ ਫਿਕਰਮੰਦ ਹੁੰਦੇ ਹੋਏ ਇਸੇ ਗੱਲ ਦੇ ਉੱਤੇ ਜਾਖੜ ਸਾਹਿਬ ਦਾ ਜਿਹੜਾ ਹੈਗਾ ਇਹ ਬਿਆਨ ਨੂੰ ਅਸੀਂ ਦੇਖ ਸਕਦੇ ਹਾਂ। ਸੋ ਬਿਆਨ ਬਿਲਕੁਲ ਸਹੀ ਬਿਆਨ ਹੈ ਔਰ ਉਹਨਾਂ ਨੇ ਗਰਾਊਂਡ ਰਿਐਲਿਟੀ ਨੂੰ ਪੰਜਾਬ ਦੀ ਨੂੰ ਬਿਆਨ ਕੀਤਾ ਹੈ ਆਪਣੇ ਬਿਆਨ ਦੇ ਰਾਹੀਂ। ਸੋ ਉਮੀਦ ਕਰਨੀ ਬਣਦੀ ਹੈ ਕਿ ਕਾਂਗਰਸ ਨੂੰ ਇਸ ਸਾਰੀ ਚੀਜ਼ ਦੇ ਬਾਰੇ ਸੋਚਣਾ ਪਏਗਾ ਔਰ ਆਪਣਾ ਵਿਸ਼ਵਾਸ ਦੁਬਾਰਾ ਜਿਹੜਾ ਹੈਗਾ ਲੋਕਾਂ ਦੇ ਉੱਤੇ ਜਿਹੜਾ ਹੈਗਾ ਭਰੋਸਾ ਕਰਨ ਦੀ ਯੋਗਤਾ ਆਪਣੀ ਦਿਖਾਉਣੀ ਪਏਗੀ, ਤਾਂ ਹੀ ਜਿਹੜਾ ਹੈਗਾ ਲੋਕਾਂ ਦਾ ਵਿਸ਼ਵਾਸ ਬਣੇਗਾ ਖਾਨ ਸਾਹਿਬ। ਬਿਲਕੁਲ ਬਿਲਕੁਲ, ਲੋਕਾਂ ਦਾ ਵਿਸ਼ਵਾਸ ਬਣਾਉਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਵਿਸ਼ਵਾਸ ਪਹਿਲਾਂ ਵੀ ਲੋਕਾਂ ਦਾ ਬਣਿਆ ਸੀ ਪਰ ਉਹ ਵਿਸ਼ਵਾਸ ਟੁੱਟਿਆ, ਇਸ ਕਰਕੇ ਸ਼ਾਇਦ ਲੋਕਾਂ ਦਾ ਵਿਸ਼ਵਾਸ ਬਣਨਾ ਬੜਾ ਔਖਾ ਹੈ। ਡਾਕਟਰ ਸਾਹਿਬ, ਗੱਲ ਕਾਂਗਰਸ ਦੀ ਕਰ ਰਹੇ ਹਾਂ ਤੇ ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਕਾਫੀ ਘਮਾਸਾਨ ਮਚਿਆ ਹੋਇਆ। ਇੱਕ ਪਰਿਵਾਰ ਇੱਕ ਟਿਕਟ ਦੇ ਐਲਾਨ ਤੋਂ ਬਾਅਦ ਵੱਡੀ ਖਬਰ ਸਾਹਮਣੇ ਜਿਹੜੀ ਇਹ ਆ ਰਹੀ ਆ ਕਿ 3 ਦਰਜਨ ਤੋਂ ਵੱਧ ਵਿਧਾਇਕਾਂ ਦੇ ਵੱਲੋਂ ਟਿਕਟ ਦੇ ਲਈ ਫਾਰਮ ਨਹੀਂ ਭਰੇ ਗਏ ਸੀ ਕਿਉਂਕਿ ਆਖਰੀ ਤਰੀਕ ਜਿਹੜੀ 20 ਤਰੀਕ ਸੀ, ਅੱਜ 25 ਹੋ ਗਈ। ਵੱਡੀ ਖਬਰ ਇਹੀ ਆ ਕਿ ਟਿਕਟਾਂ ਨੂੰ ਲੈ ਕੇ 3 ਦਰਜਨ ਤੋਂ ਵੱਧ ਵਿਧਾਇਕਾਂ ਨੇ ਫਾਰਮ ਨਹੀਂ ਸੀ ਭਰੇ। ਕੀ ਕਾਰਨ ਮੰਨਦੇ ਹੋ ਕਿ ਉਹਨਾਂ ਨੂੰ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਇੱਕ ਪਰਿਵਾਰ ਇੱਕ ਟਿਕਟ ਆ, ਕਿ ਸਾਡੀ ਟਿਕਟ ਤਾਂ ਕੱਟੀ ਜਾਵੇਗੀ ਇਸ ਕਰਕੇ ਹਨੇ ਫਾਰਮ ਭਰਨੇ ਜ਼ਰੂਰੀ ਨਹੀਂ ਸਮਝੇ, ਤੇ ਜੇਕਰ ਫਾਰਮ ਨਹੀਂ ਭਰੇ ਉਹਨਾਂ ਨੇ ਤੇ ਉਹ ਬਗਾਵਤ ਕਰਨਗੇ ਪਾਰਟੀ ਦੇ ਵਿੱਚ ਜਾਂ ਫਿਰ ਉਹ ਪਾਰਟੀ ਦਾ ਪੱਲਾ ਛੱਡ ਕੇ ਕਿਸੇ ਹੋਰ ਪਾਰਟੀ ਦੇ ਵਿੱਚ ਜਾਣਗੇ? ਜੀ ਦੇਖੋ, ਕਾਫੀ ਸੰਭਾਵਨਾਵਾਂ ਨੇ ਇਸ ਵਾਰੀ ਕਿਉਂਕਿ ਪਾਰਟੀ ਦੇ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗ ਰਿਹਾ ਵੱਖ ਵੱਖ, ਚਾਹੇ ਆਪਾਂ ਗੁਰਜੀਤ ਸੋਢੀ ਹੋਰਾਂ ਦੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ ਸੀਗੀ ਔਰ ਇਸੇ ਤਰ੍ਹਾਂ ਹੋਰ ਬੜੇ ਇਦਾਂ ਦੇ ਵਿਧਾਇਕ ਨੇ ਜਾਂ ਮਨਿਸਟਰ ਸਾਹਿਬਾਨ ਨੇ ਜਿਨ੍ਹਾਂ ਨੂੰ ਇਹ ਉਮੀਦ ਹੈ ਕਿ ਸਾਨੂੰ ਇਸ ਵਾਰੀ ਟਿਕਟਾਂ ਨਹੀਂ ਮਿਲਣੀਆਂ ਕਾਂਗਰਸ ਦੀ ਚੋਣ ਜਿਹੜੇ ਹੈਗਾ ਚੋਣ ਨਿਸ਼ਾਨ ਦੇ ਉੱਤੇ, ਤਾਂ ਇਹਦਾ ਮਤਲਬ ਇਹੀ ਹੈ ਕਿ ਉਹਨਾਂ ਦੇ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ ਔਰ ਇਹੀ ਲੋਕਾਂ ਦੀ ਜਿਹੜੀ ਹੈਗੀ ਹੈ ਨਜ਼ਰ ਉਹਦੇ ਉੱਤੇ, ਉਹਨਾਂ ਦੇ ਉੱਤੇ ਬਣੀ ਹੋਈ ਹੈ ਔਰ ਕਾਂਗਰਸ ਦੀ ਵੀ ਉਹਨਾਂ ਦੇ ਉੱਤੇ ਨਜ਼ਰ ਬਣੀ ਹੋਈ ਹੈ ਕਿ ਕਿਤੇ ਨਾ ਕਿਤੇ ਉਹ ਉਦਾਸ ਦਿਖਾਈ ਦਿੰਦੇ ਨੇ, ਨਿਰਾਸ਼ ਦਿਖਾਈ ਦਿੰਦੇ ਨੇ ਆਪਣੀ ਪਾਰਟੀ ਤੋਂ। ਸੋ ਜੇਕਰ ਇਹ ਲੰਬਾ ਚੱਲਦਾ ਹੈ, ਜੇਕਰ ਇਹ ਗੱਲਾਂ ਸੱਚ ਹੁੰਦੀਆਂ ਨੇ, ਉਹਨਾਂ ਦੀ ਟਿਕਟ ਕੱਟਣ ਦੀਆਂ ਸੰਭਾਵਨਾਵਾਂ ਬਣਦੀਆਂ ਨੇ, ਤਾਂ ਲਾਜ਼ਮੀ ਤੌਰ ਤੇ ਜਿਹੜੇ 3 ਦਰਜਨ ਵਿਧਾਇਕਾਂ ਨੇ ਹਜੇ ਅਪਲਾਈ ਨਹੀਂ ਕੀਤਾ, ਤਾਂ ਕਿਤੇ ਨਾ ਕਿਤੇ ਇਹ ਮਨ ਬਣਾਈ ਬੈਠੇ ਨੇ ਕਿ ਕੈਪਟਨ ਸਾਹਿਬ ਦੀ ਪਾਰਟੀ ਦੇ ਵਿੱਚ ਜਾ ਸਕਦੇ ਨੇ, ਕਿਉਂਕਿ ਆਪਾਂ ਨੂੰ ਵੀ ਪਤਾ ਹੈ ਕਿ ਕੈਪਟਨ ਸਾਹਿਬ ਦੇ ਇਹ ਜਿਹੜੇ ਲੋਕ ਨੇ ਖਾਸਮ ਖਾਸ ਰਹੇ ਨੇ, ਕਿਸੇ ਵੇਲੇ ਬਹੁਤ ਨੇੜਲੇ ਸੰਬੰਧ ਰਹੇ ਨੇ ਔਰ ਇਹ ਕੈਪਟਨ ਸਾਹਿਬ ਵੀ ਗੱਲਾਂ ਕਹਿੰਦੇ ਨਜ਼ਰ ਆਏ ਨੇ ਕਿ ਜਦੋਂ ਹੀ ਚੋਣ ਜ਼ਾਬਤਾ ਲੱਗੇਗਾ ਇਹ ਸਾਰੇ ਲੋਕ ਜਿਹੜੇ ਨੇ ਉਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ, ਨਵੀਂ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ। ਸੋ ਸੰਭਾਵਨਾਵਾਂ ਇਸ ਵੇਲੇ ਇਹੀ ਨਜ਼ਰ ਆ ਰਹੀਆਂ ਨੇ ਕਿ ਇਹਨਾਂ ਦੇ ਵਿੱਚੋਂ ਬਹੁਤੇ ਕੈਪਟਨ ਸਾਹਿਬ ਦੀ ਪਾਰਟੀ ਦੇ ਵਿੱਚ ਜਾ ਸਕਦੇ ਨੇ ਜਾਂ ਫਿਰ ਬੀਜੇਪੀ ਦੇ ਨਾਲ, ਕਿਉਂਕਿ ਸਮਝੌਤਾ ਹੈ ਕੈਪਟਨ ਸਾਹਿਬ ਦਾ ਔਰ ਬੀਜੇਪੀ ਇੱਕ ਨੈਸ਼ਨਲ ਲੈਵਲ ਦੀ ਪਾਰਟੀ ਹੈ ਔਰ ਨੈਸ਼ਨਲ ਆਪਾਂ ਨੂੰ ਪਤਾ ਹੈ ਕਿ ਇੱਕ ਸੈਂਟਰ ਦੇ ਵਿੱਚ ਉਹਨਾਂ ਦੀ ਸੱਤਾ ਹੈ, ਵੱਖ ਵੱਖ ਸਟੇਟਾਂ ਦੇ ਵਿੱਚ ਸੱਤਾ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਹੈਗਾ ਇਹਦੇ ਫਾਇਦਾ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਜੇਕਰ ਉਹ ਨੈਸ਼ਨਲ ਪਾਰਟੀ ਦੇ ਵਿੱਚ ਸ਼ਾਮਿਲ ਹੁੰਦੇ ਨੇ। ਇੱਕ ਜਿਹੜਾ ਹੈਗਾ ਕਾਂਗਰਸ ਇਸ ਵੇਲੇ ਆਪਾਂ ਨੂੰ ਵੀ ਪਤਾ ਹੈ ਕਿ ਬੁਝਦਾ ਚਿਰਾਗ ਹੈ ਔਰ ਬੁਝ ਰਿਹਾ ਹੈ ਵੱਖ ਵੱਖ ਸਟੇਟਾਂ ਦੇ ਵਿੱਚ, ਆਪਾਂ ਸਾਰੇ ਜਾਣਦੇ ਹਾਂ ਕਿ ਲਗਾਤਾਰ ਕੜਮਸ ਮੱਚਿਆ ਹੋਇਆ ਹੈ ਔਰ ਉਹਦੇ ਵਿੱਚ ਚਾਹੇ ਰਾਜਸਥਾਨ ਦੇਖ ਲਓ, ਚਾਹੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ 5 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਸਥਿਤੀ ਕੋਈ ਬਹੁਤੀ ਚੰਗੀ ਨਜ਼ਰ ਨਹੀਂ ਆ ਰਹੀ। ਚਾਹੇ ਉੱਤਰਾਖੰਡ ਦੇ ਵਿੱਚ ਵੀ ਆਪਾਂ ਨੇ ਦੇਖਿਆ ਹੈ ਪਿਛਲੇ ਦਿਨਾਂ ਦੇ ਵਿੱਚ ਰਾਵਤ ਸਾਹਿਬ ਨੇ ਵੀ ਬਗਾਵਤ ਕੀਤੀ ਸੀਗੀ। ਸੋ ਕਹਿਣ ਦਾ ਮਤਲਬ ਹੈ ਕਿ ਵੱਖ ਵੱਖ ਸੂਬਿਆਂ ਦੇ ਵਿੱਚ ਕਾਂਗਰਸ ਦੀ ਪਾਰਟੀ ਦੇ ਵਿੱਚ ਬਗਾਵਤਾਂ ਦੇ ਸੁਰ ਜਿਹੜੇ ਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਔਰ ਇਹਦਾ ਕਾਰਨ ਇਹੀ ਹੈ ਕਿ ਜਿਹੜਾ ਹੈਗਾ ਹਾਈ ਕਮਾਂਡ ਜਿਹੜੀ ਹੈਗੀ ਆ ਉਹ ਇਹ ਸਾਰੀ ਚੀਜ਼ ਨੂੰ ਕੰਟਰੋਲ ਨਹੀਂ ਕਰ ਪਾ ਰਹੀ ਔਰ ਨਤੀਜਾ ਕੀ ਨਿਕਲ ਰਿਹਾ ਕਿ ਵੱਖ ਵੱਖ ਪਾਰਟੀਆਂ ਦੇ ਵਿੱਚ ਕਾਂਗਰਸੀ ਲੀਡਰ ਜਾ ਰਹੇ ਨੇ
ਪਹਿਲਾਂ ਵੀ ਚਲੇ ਗਏ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡੀ ਸੰਭਾਵਨਾਵਾਂ ਹੈ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚ ਖਾਸ ਤੌਰ ਤੇ ਕੈਪਟਨ ਸਾਹਿਬ ਦੀ ਪਾਰਟੀ ਦੇ ਵਿੱਚ ਜਾ ਸਕਦੇ ਆ ਜਾਂ ਬੀਜੇਪੀ ਦੇ ਵਿੱਚ ਜ਼ਿਆਦਾ ਜਿਹੜੇ ਨੇ ਕਾਂਗਰਸੀ ਸ਼ਾਮਿਲ ਹੋ ਸਕਦੇ ਆ ਖਾਨ ਸਾਹਿਬ। ਜੀ ਬਿਲਕੁਲ, ਪਾਰਟੀਆਂ ਦੇ ਵਿੱਚ ਅਦਲੀਆਂ ਬਦਲੀਆਂ ਦਾ ਦੌਰ ਸ਼ੁਰੂ ਹੋਇਆ ਤੇ ਇਸ ਦੇ ਵਿੱਚ ਕਿਸਾਨਾਂ ਦੇ ਉੱਤੇ ਡਾਕਟਰ ਸਾਹਿਬ ਬੜੀ ਨਜ਼ਰ ਬਣੀ ਹੋਈ ਆ ਸਭ ਦੀ, ਕਿਉਂਕਿ ਕਿਸਾਨੀ ਅੰਦੋਲਨ ਜਿੱਤ ਚੁੱਕੇ ਨੇ ਕਿਸਾਨ। ਉਸ ਤੋਂ ਬਾਅਦ ਇਹ ਗੱਲ ਅਕਸਰ ਹੀ ਕਿਸਾਨ ਲੀਡਰਾਂ ਦੇ ਵੱਲੋਂ ਕਹੀ ਜਾਂਦੀ ਸੀ, ਭਾਵੇਂ ਬਲਵੀਰ ਸਿੰਘ ਰਾਜੇਵਾਲ ਹੋਣ, ਭਾਵੇਂ ਕੀ ਰੁੜਦੂ ਸਿੰਘ ਮਾਨਸਾ ਹੋਣ, ਹਰਮੀਤ ਸਿੰਘ ਕਾਦੀਆਂ ਲਗਾਤਾਰ ਇਹ ਗੱਲ ਕਹਿੰਦੇ ਸੀ ਕਿ ਅਸੀਂ ਜਦੋਂ ਵੀ ਸਾਡੇ ਵੱਲੋਂ ਇਹ ਸਵਾਲ ਪੁੱਛਿਆ ਜਾਂਦਾ ਸੀ ਕਿ ਤੁਸੀਂ ਸਿਆਸਤ ਦੇ ਵਿੱਚ ਆਉਣਾ ਚਾਹੋਗੇ, ਸਿਆਸਤ ਦੇ ਵਿੱਚ ਆਓਗੇ, ਵਿਧਾਨ ਸਭਾ ਚੋਣਾਂ ਦੇ ਲਈ ਕੋਈ ਆਪਣੀ ਵੱਖਰੀ ਪਾਰਟੀ ਬਣਾਓਗੇ, ਤਾਂ ਅਕਸਰ ਇਹਨਾਂ ਲੀਡਰਾਂ ਦੇ ਵੱਲੋਂ ਇਹ ਆਖਿਆ ਜਾਂਦਾ ਸੀ ਕਿ ਅਸੀਂ ਹਾਲੇ ਕੁਝ ਨਹੀਂ ਸੋਚ ਸਕਦੇ ਕਿਉਂਕਿ ਸਾਡਾ ਸਾਰਾ ਧਿਆਨ ਅੰਦੋਲਨ ਦੇ ਵਿੱਚ ਆ, ਇਹ ਅੰਦੋਲਨ ਦੀ ਗੱਲ ਹੈ। ਹੁਣ ਅੰਦੋਲਨ ਜਿੱਤ ਚੁੱਕੇ ਨੇ ਤਾਂ ਸਭ ਦੀਆਂ ਨਜ਼ਰਾਂ ਕਿਸਾਨਾਂ ਦੇ ਉੱਤੇ ਨੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆਈ ਆ ਕਿ ਕਿਸਾਨ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰ ਸਕਦੇ ਨੇ, ਸਹਿਮਤੀ ਬਣ ਚੁੱਕੀ ਹੈ। ਹਾਲਾਂਕਿ ਇਸ ਦੇ ਉੱਤੇ ਅੱਜ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਆ, ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਹੋਵੇਗੀ, ਉਸ ਦੇ ਵਿੱਚ ਸਾਰੀ ਸਥਿਤੀ ਕਲੀਅਰ ਹੋ ਜਾਵੇਗੀ। ਪਰ ਡਾਕਟਰ ਸਾਹਿਬ, ਜੇਕਰ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਕਰਕੇ ਕੋਈ ਆਪਣੇ ਉਮੀਦਵਾਰ ਐਲਾਨਦੇ ਨੇ, ਸਹਿਯੋਗ ਦਿੰਦੇ ਨੇ ਆਪ ਦਾ, ਤਾਂ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਤੇ ਭਾਜਪਾ ਨੂੰ ਕਿੰਨਾ ਕੁ ਵੱਡਾ ਝਟਕਾ ਲੱਗ ਸਕਦਾ ਤੇ ਆਮ ਆਦਮੀ ਪਾਰਟੀ ਨੂੰ ਕਿੰਨਾ ਕੁ ਬਲ ਮਿਲ ਸਕਦਾ? ਖਾਨ ਸਾਹਿਬ ਦੇਖੋ, ਪਹਿਲੀ ਗੱਲ ਤਾਂ ਜਦੋਂ ਅਸੀਂ ਕਿਸਾਨਾਂ ਦੇ ਰਾਜਨੀਤੀ ਦੇ ਵਿੱਚ ਸ਼ਾਮਲ ਹੋਣ ਬਾਰੇ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਸਮਝਣ ਵਾਲੀ ਇਹ ਹੈ ਕਿ ਕਿਸਾਨਾਂ ਨੂੰ ਇਸ ਵੇਲੇ ਇਹ ਚਾਹੀਦਾ ਹੈ ਕਿ ਜਿਹੜਾ ਵੀ ਫੈਸਲਾ ਕਰਨ ਉਹ 32 ਦੇ 32 ਕਿਸਾਨ ਜਥੇਬੰਦੀਆਂ ਦਾ ਸੰਯੁਕਤ ਫੈਸਲਾ ਹੋਣਾ ਚਾਹੀਦਾ ਹੈ। ਉਹਨਾਂ ਦਾ ਇਹ ਨਹੀਂ ਕਿ ਤੋੜ ਵਿਛੋੜਾ ਨਹੀਂ ਹੋਣਾ ਚਾਹੀਦਾ, ਕਿਉਂਕਿ ਪੰਜਾਬ ਨੂੰ ਕਿਸਾਨ ਜਥੇਬੰਦੀਆਂ ਦੇ ਇਹ ਏਕਤਾ ਦੀ ਲੋੜ ਹੈ। ਇਸ ਵੇਲੇ ਏਕਤਾ ਤੇ ਸੰਘਰਸ਼ ਹੀ ਜਿਹੜਾ ਹੈਗਾ ਵੱਡੀਆਂ ਲੜਾਈਆਂ ਜਿੱਤੀਆਂ ਜਾ ਸਕਦੀਆਂ ਨੇ। ਸੋ ਕਹਿਣ ਦਾ ਮਤਲਬ ਹੈ ਕਿ ਜਿਹੜਾ ਵੀ ਫੈਸਲਾ ਹੋਏਗਾ ਉਹ ਕਿਸਾਨ ਜਥੇਬੰਦੀਆਂ ਆਪਸੀ ਸਮਝੌਤੇ ਦੇ ਨਾਲ ਆਪਸੀ ਕਾਮਨ ਮਿਨੀਮਮ ਪ੍ਰੋਗਰਾਮ ਦੇ ਉੱਤੇ ਜਿਹੜਾ ਹੈਗਾ ਗੱਲਬਾਤ, ਜਿਵੇਂ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਏਕਤਾ ਦਿਖਾਈ ਹੈ, ਉਹੀ ਏਕਤਾ ਤੁਹਾਨੂੰ 22 ਦੀਆਂ ਚੋਣਾਂ ਦੇ ਵਿੱਚ ਦਿਖਾਉਣੀ ਹੋਏਗੀ। ਸੋ ਇਸ ਕਰਕੇ ਉਮੀਦ ਕਰਨੀ ਬਣਦੀ ਹੈ ਕਿ ਅੱਜ ਜਿਹੜੀ ਮੀਟਿੰਗ ਹੋਣੀ ਹੈ ਔਰ ਪ੍ਰੈਸ ਕਾਨਫਰੰਸ ਹੋਣੀ ਹੈ ਉਹਦੇ ਵਿੱਚ ਇਹ ਗੱਲਾਂ ਸਪਸ਼ਟ ਹੋਣੀਆਂ ਚਾਹੀਦੀਆਂ ਨੇ ਕਿ ਸਾਰੇ ਕਿਸਾਨ ਜਿਹੜੇ ਨੇ ਇੱਕ ਨੇ, ਕਿਸਾਨ ਜਥੇਬੰਦੀਆਂ ਇੱਕ ਨੇ ਔਰ ਏਕਤਾ ਦੇ ਨਾਲ ਹੀ ਇਹ ਇਹਨਾਂ ਚੋਣਾਂ ਦੇ ਵਿੱਚ ਅਗਲੀਆਂ ਚੋਣਾਂ ਦੇ ਵਿੱਚ ਹਿੱਸਾ ਲੈਣਗੀਆਂ। ਸੋ ਜੇਕਰ ਇਹ ਹੁੰਦਾ ਹੈ ਤਾਂ ਲਾਜ਼ਮੀ ਤੌਰ ਤੇ ਉਹਨਾਂ ਦਾ ਜਿਵੇਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਜਾਂ ਅੰਦਰੋਂ ਜਾਂ ਬਾਹਰੋਂ ਉਹਨਾਂ ਨੂੰ ਸਪੋਰਟ ਦਿੰਦੇ ਨੇ, ਤਾਂ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਫਾਇਦਾ ਹੋਣ ਦੀਆਂ ਸੰਭਾਵਨਾਵਾਂ ਨੇ, ਕਿਉਂਕਿ ਪਹਿਲਾਂ ਹੀ ਆਪਾਂ ਦੇਖਿਆ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਨੇ, ਖਾਸ ਤੌਰ ਤੇ ਕਾਂਗਰਸ ਔਰ ਅਕਾਲੀ ਦਲ ਬੀਜੇਪੀ। ਲਗਾਤਾਰ ਵਾਰੀ ਵਾਰੀ ਆਪਾਂ ਦੇਖਿਆ ਹੈ ਕਿ ਉਹਨਾਂ ਨੂੰ ਲੋਕਾਂ ਨੂੰ ਲੱਗਦਾ ਹੈ ਕਿ ਵਾਰੀ ਵਾਰੀ ਇਹ ਸਾਡੇ ਉੱਤੇ ਸੱਤਾ ਕਾਇਮ ਕਰਦੀਆਂ ਨੇ, ਪਰ ਕਰਦੀਆਂ ਕੁਛ ਨਹੀਂ, ਕੰਮ ਕੁਝ ਨਹੀਂ ਹੋ ਰਹੇ। ਲੋਕਾਂ ਦੀਆਂ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ, ਐਜੂਕੇਸ਼ਨ ਤੇ ਕੰਮ ਨਹੀਂ ਹੋ ਰਿਹਾ, ਹੈਲਥ ਦੇ ਉੱਤੇ ਕੰਮ ਨਹੀਂ ਹੋ ਰਿਹਾ ਔਰ ਖਾਸ ਤੌਰ ਤੇ ਜਿਹੜੀਆਂ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਕੋਈ ਬਹੁਤਾ ਜਿਹੜਾ ਹੈਗਾ ਨਵੇਂ ਕਾਨੂੰਨ ਜਿਹੜੇ ਨੇ ਉਹ ਉਹਨਾਂ ਦੇ ਪੱਖ ਦੇ ਵਿੱਚ ਨਹੀਂ ਲਿਆਂਦੇ ਜਾ ਰਹੇ। ਸੋ ਜੇਕਰ ਉਹਨਾਂ ਨੇ ਆਪਣੇ ਆਪਣੇ ਕਾਨੂੰਨ ਨਵੇਂ ਆਪਣੇ ਤਰੀਕੇ ਦੇ ਨਾਲ ਬਣਾਉਣੇ ਨੇ, ਲਿਆਉਣੇ ਨੇ, ਤਾਂ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਦਾਖਲ ਹੋਣਾ ਚਾਹੀਦਾ ਹੈ। ਇੱਕ ਚੰਗੀ ਗੱਲ ਹੈ ਕਿ ਉਹਨਾਂ ਨੇ ਚੰਗਾ ਆਗਾਜ਼ ਕੀਤਾ ਹੈ ਕਿ ਆਪਣੇ ਉਹ ਬੰਦੇ ਖੜੇ ਕਰ ਰਹੇ ਨੇ, ਆਪਣੇ ਉਮੀਦਵਾਰ ਖੜੇ ਕਰ ਰਹੇ ਨੇ। ਜੇਕਰ ਉਹ ਇਦਾਂ ਦੇ ਹੁੰਦਾ ਹੈ ਤਾਂ ਇਹਦੇ ਨਾਲ ਬਹੁਤ ਵੱਡਾ ਫਰਕ, ਬਹੁਤ ਵੱਡਾ ਉਛਾਲ ਆਮ ਆਦਮੀ ਪਾਰਟੀ ਦੇ ਵਿੱਚ ਆਏਗਾ, ਪੰਜਾਬ ਦੀ ਜਿਹੜੀ ਇਕਾਈ ਹੈ ਔਰ ਉਹਨੂੰ ਜਿੱਤਣ ਦੀਆਂ ਸੰਭਾਵਨਾਵਾਂ ਜ਼ਿਆਦਾ ਪੈਦਾ ਹੋਣਗੀਆਂ ਔਰ ਇਹਦੇ ਨਾਲ ਕਾਂਗਰਸ, ਅਕਾਲੀ ਦਲ ਔਰ ਬੀਜੇਪੀ ਨੂੰ ਬਹੁਤ ਵੱਡੇ ਨੁਕਸਾਨ ਹੋਣ ਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ। ਔਰ ਜੇਕਰ ਇਹ ਸਾਰੀਆਂ ਚੀਜ਼ਾਂ ਹੁੰਦੀਆਂ, ਇਹ ਬਹੁਤ ਇੱਕ ਪੰਜਾਬ ਦੇ ਲਈ ਔਰ ਕਿਸਾਨਾਂ ਦੇ ਲਈ ਆ ਜਾਂ ਆਮ ਲੋਕਾਂ ਦੇ ਲਈ ਇੱਕ ਵਧੀਆ ਸ਼ੁਰੂਆਤ ਕਹਿ ਸਕਦੇ ਹਾਂ, ਹੋ ਸਕਦੀ ਹੈ ਖਾਨ ਸਾਹਿਬ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੀਮਤੀ ਸਮਾਂ ਦਿੱਤਾ, ਹਰ ਖਬਰ ਦੀ ਕੋਖ ਦਰਸ਼ਕਾਂ ਤੱਕ ਪਹੁੰਚਾਈ, ਹਰ ਖਬਰ ਨੂੰ ਤਰੀਕੇ ਤੇ ਸਲੀਕੇ ਦੇ ਨਾਲ ਦਰਸ਼ਕਾਂ ਤੱਕ ਪਹੁੰਚਾਇਆ, ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਕੱਲ ਮਿਲਦੇ ਹਾਂ ਕੁਝ ਹੋਰ ਨਵੇਂ ਮੁੱਦੇ ਲੈ ਕੇ, ਤਦ ਤੱਕ ਲਈ ਦੋ ਇਜਾਜ਼ਤ, ਧੰਨਵਾਦ।